अगर आपने नई और ताज़ा खबरें देखने के लिए दिव्या पंजाब टीवी को सब्सक्राइब नहीं किया तो कृपया जरूर करें। जिला श्री मुक्तसर साहब के गुनियाना रोड पर एक बस्ती में एक भाई ने ही अपने भाई का सूआ मारकर कत्ल कर दिया। मृतक के भाई कुलदीप सिंह ने पुलिस पास बयान दर्ज करवाते हुए बताया कि वे तीन भाई हैं। उनका भाई जोरा सिंह अपनी भाभी के चाल चलन पर शक करता था। इसको लेकर उनके घर में लड़ाई झगड़ा रहता था। आज दोनों भाइयों की आपस में बोलचाल हो गई। उस वक्त मेरी भाभी की बहन भी आई हुई थी और झगड़ते हुए मेरे भाई गुरदीप सिंह ने ही दूसरे भाई जोरा सिंह की छाती पर जोड़े बनाने वाला सूआ मार डाला, जिसकी अस्पताल में मौत हो गई। थाना मुक्तसर के पुलिस मुखी ने जानकारी देते हुए बताया कि मृतक के भाई कुलदीप सिंह के बयानों पर गुरदीप सिंह, उसकी पत्नी और साली खिलाफ मामला दर्ज कर लिया है और तीनों पुलिस की गिरफ्त से बाहर हैं। सोनी डल्ला, दिव्या पंजाब टीवी, मुक्तसर। ਮਾਮਲਾ ਇਹਨਾਂ ਤਿੰਨ ਭਾਈ ਰਹਿੰਦੇ ਸੀ। ਕੁਲਦੀਪ ਸਿੰਘ ਵੱਡਾ ਸੀਗਾ, ਉਸ ਤੋਂ ਛੋਟਾ ਸੀਗਾ ਜੋਰਾ ਸਿੰਘ ਤੇ ਗੁਰਦੀਪ ਸਿੰਘ, ਤਿੰਨ ਭਾਈ ਸੀਗੇ। ਜੋਰਾ ਸਿੰਘ ਸਭ ਤੋਂ ਛੋਟਾ ਸੀਗਾ। ਜੋਰਾ ਸਿੰਘ ਅਨਮੈਰਿਡ ਸੀਗਾ। ਐਕਚੁਅਲੀ ਜਿਹੜਾ ਜੋਰਾ ਸਿੰਘ ਹੈ, ਗੁਰਦੀਪ ਸਿੰਘ ਦੀ ਵਾਈਫ ਨੂੰ ਰੋਕਦਾ ਟੋਕਦਾ ਰਹਿੰਦਾ ਸੀ ਵੀ ਥੋੜ੍ਹਾ ਧਿਆਨ ਨਾਲ ਰਿਹਾ ਕਰ, ਸਿਰ 'ਤੇ ਚੁੰਨੀ ਲੈ ਕੇ ਰੱਖਿਆ ਕਰ, ਦਰਵਾਜ਼ੇ 'ਚ ਨਾ ਬੈਠਿਆ ਕਰ, ਮਾੜੇ ਲੱਗੀਦਾ ਤਾਂ ਮਾੜੀਆਂ ਹਰਕਤਾਂ ਹੁੰਦੀਆਂ ਨਾ ਕਰਿਆ ਕਰ। ਉਸ ਗੱਲ ਤੋਂ ਉਹਦੀ ਜਿਹੜੀ ਵਾਈਫ ਹੈ ਗੁਰਦੀਪ ਸਿੰਘ ਦੀ ਵਾਈਫ ਕਿਰਨ, ਉਹ ਗੁੱਸਾ ਮਨਾਉਂਦੀ ਸੀ ਅਤੇ ਰੁੱਸ ਕੇ ਚਲੀ ਗਈ ਸੀ ਘਰੋਂ 4-5 ਮਹੀਨੇ ਪਹਿਲਾਂ। ਇਨ ਬਿਟਵੀਨ ਉਹਨਾਂ ਨੇ, ਕਿਰਨ ਹੋਣਾ ਨੇ, ਕੋਈ ਦਰਖਾਸਤ ਵੁਮੈਨ ਸੈੱਲ 'ਚ ਵੀ ਇਹਨਾਂ ਦੇ ਖਿਲਾਫ਼ ਦਿੱਤੀ ਹੋਈ ਹੈ। ਅਤੇ ਦੋਵਾਂ ਭਰਾਵਾਂ ਦਾ ਇਸ ਗੱਲ ਦੇ ਤੋਂ ਲੈ ਕੇ ਝਗੜਾ ਰਹਿੰਦਾ ਸੀ, ਗੁਰਦੀਪ ਅਤੇ ਜੋਰਾ। ਗੁਰਦੀਪ ਸਿੰਘ ਜੋਰੇ ਨੂੰ ਆਮ ਕਹਿੰਦਾ ਰਹਿੰਦਾ ਸੀ ਕਿ ਤੂੰ ਜਿਹੜਾ ਮੇਰਾ ਘਰ ਉਜਾੜਤਾ, ਤੇਰੀ ਵਜ੍ਹਾ ਕਰਕੇ ਮੇਰੀ ਘਰਵਾਲੀ ਚਲੀ ਗਈ। ਦੇਰ ਰਾਤ ਵੀ ਇਹਨਾਂ ਦਾ 9:30 ਵਜੇ ਦੇ ਕਰੀਬ ਗੋਨਿਆਣਾ ਰੋਡ 'ਤੇ ਘਰ ਹੈਗਾ ਪਿੰਡ ਵਾਲੀ 'ਤੇ, ਉੱਥੇ ਇਹਨਾਂ ਦਾ ਆਪਸ 'ਚ ਕੋਈ ਤਕਰਾਰ ਹੋਇਆ। ਉਸ ਗੱਲ ਤੋਂ ਇਹ ਝਗੜਨ ਲੱਗ ਪਏ। ਉਹ ਕਹਿੰਦਾ ਵੀ ਤੂੰ ਮੇਰਾ ਘਰ ਜਿਹੜਾ ਉਜਾੜ ਦਿੱਤਾ, ਅਤੇ ਉਸ ਕਰਕੇ ਇਹ ਐਲੀਗੇਸ਼ਨ ਲਾਉਂਦਾ ਸੀ ਵੀ ਮੇਰਾ ਘਰ ਤੇਰੀ ਵਜ੍ਹਾ ਨਾਲ ਉਜੜਿਆ। ਇਸ ਗੱਲ 'ਤੇ ਇਹਨਾਂ ਦਾ ਆਪਸ ਦੇ ਵਿੱਚ ਤਕਰਾਰ ਹੋਇਆ। ਜਿਹੜਾ ਜੋਰਾ, ਇਹ ਸ਼ੈਲਰ ਦੇ ਵਿੱਚ ਕੰਮ ਕਰਦਾ ਸੀ, ਜਿਹੜਾ ਗੁਰਦੀਪ ਹੈ ਜੁੱਤੀਆਂ ਕੱਢਣ ਦਾ ਕੰਮ ਕਰਦਾ ਸੀ। ਇਨ ਬਿਟਵੀਨ ਹੀ ਇੱਥੇ ਇਹਨਾਂ ਦਾ ਝਗੜਾ ਵੱਧ ਗਿਆ ਅਤੇ ਇਹਨੇ ਆਪਦੇ ਕੋਲੇ ਪਈ ਜਿਹੜੀ ਆਰ ਹੁੰਦੀ ਹੈ ਜੁੱਤੀਆਂ ਕੱਢਣ ਵਾਲੀ, ਉਹਦਾ ਇੱਕ ਵਾਰ ਕੀਤਾ ਛਾਤੀ 'ਤੇ ਉਹਦੀ 'ਤੇ, ਜਿਹੜਾ ਸਿੱਧਾ ਉਹਦੇ ਦਿਲ 'ਤੇ ਵੱਜਿਆ ਅਤੇ ਜਾਨਲੇਵਾ ਸਾਬਤ ਹੋਇਆ। ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹ ਮੌਕੇ ਤੋਂ ਭੱਜ ਗਿਆ। ਇਹਦੇ ਪਰਿਵਾਰਕ ਮੈਂਬਰ ਇਹਨੂੰ ਹੋਸਪਿਟਲ ਲੈ ਕੇ ਗਏ ਆ, ਜਿੱਥੇ ਡਾਕਟਰਾਂ ਨੇ ਇਹਨੂੰ ਡਾਈਡ ਡਿਕਲੇਅਰ ਕਰਤਾ। ਉਸ ਤੋਂ ਬਾਅਦ ਇਹਦੇ ਬਿਆਨਾਂ 'ਤੇ ਇਹਦੀ ਜਿਹੜੀ ਮਾਰਨ ਵਾਲਾ ਕਾਤਲ ਗੁਰਦੀਪ, ਗੁਰਦੀਪ ਦੇ ਖਿਲਾਫ਼, ਇਹਦੇ ਸਕੇ ਭਰਾ ਦੇ ਬਿਆਨਾਂ 'ਤੇ ਗੁਰਦੀਪ ਦੇ ਖਿਲਾਫ਼, ਗੁਰਦੀਪ ਦੀ ਵਾਈਫ ਹੈ ਕਿਰਨ ਅਤੇ ਇਹਦੀ ਸਾਲੀ ਆ ਰੇਖਾ, ਤਿੰਨਾਂ ਜਣਿਆਂ ਦੇ ਖਿਲਾਫ਼ ਜਿਹੜਾ ਪਰਚਾ ਦਰਜ ਕੀਤਾ ਗਿਆ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਜਿਹੜਾ ਰੇਖਾ ਅਤੇ ਕਿਰਨ ਹੈ, ਇਹ ਕਹਿ ਰਹੇ, ਇਹਨਾਂ ਦੇ ਪਰਿਵਾਰਕ ਮੈਂਬਰ ਕਹਿ ਰਹੇ ਆ ਵੀ ਅਸੀਂ ਲੰਮੇ ਸਮੇਂ ਤੋਂ, ਸਾਡਾ ਇਹਨਾਂ ਨਾਲ ਕੋਈ ਉਹ ਹੈ ਨਹੀਂ, ਮੇਲ ਜੋਲ ਨਹੀਂ ਹੈਗਾ, 5 ਮਹੀਨੇ ਤੋਂ ਇੱਥੇ ਰਹਿੰਦੀ ਹੈ। ਇਹਦੀ ਪੂਰੀ ਪੜਤਾਲ ਕਰਕੇ, ਤਫਤੀਸ਼ ਕਰਕੇ ਅਸਲ ਦੋਸ਼ੀਆਂ ਨੂੰ ਸਜ਼ਾ ਦਵਾਈ ਜਾਊਗੀ। ਸੋਨੀ ਡੱਲਾ, ਦਿਵਿਆ ਪੰਜਾਬ ਟੀਵੀ, ਮੁਕਤਸਰ।